ਵਾਹਿਗੁਰੂ ਜੀ ਸੱਜਣ ਮੇਰੇ ਜੰਗਲੇ Thank you.
सज्जन मेरे रंग में जाए सुते हीरा हम भी गंगा टोमनी रोबा की रूपा। अज आप सारे बड़े ही सत्कार योग तत्वेते राजे योगी महान तपस्वी श्रीमान संत बाबा जग सिंह जी सचखंड वासी ਉਹਨਾਂ ਦੀ ਪਾਵਨ ਔਰ ਨਿੱਜੀ ਯੋਗ ਬਹੁਤ ਜ਼ਿਆਦਾ ਮਾਣ ਰਹੇ ਹੋ। ਸੰਗਤ ਜੀ ਭਾਵੇਂ ਕਿ ਆਪਾਂ ਸਾਰੇ ਹੀ ਉਹਨਾਂ ਦੀ ਵਡਿਆਈ ਕਰਾਂਗੇ ਕਿਉਂਕਿ ਕਰਮ ਹੈ ਉਹਨਾਂ ਨੇ ਇੱਕ ਸਾਧੂਆਂ ਦਾ ਕਰਮ ਨਿਭਾਇਆ। ਜ਼ਿੰਦਗੀ ਦੇ 62 ਸਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ ਜੁੜ ਕੇ ਬਤੀਤ ਹੋਏ। ਮੈਂ ਸ਼ਬਦ ਸੱਜਣ ਮੇਰੇ ਰੰਗ ਲਈ ਜਾਏ ਸੁੱਤੇ ਜੀ ਰਾਤ ਇਸ ਕਰਕੇ ਮੰਗਲਾ ਚਰਨ ਪੜਿਆ ਕਿਉਂਕਿ ਮਹਾਂਪੁਰਖ ਬਾਬਾ ਜੰਗ ਸਿੰਘ ਜੀ ਉਹ ਸੱਜਣਾਂ ਦੇ ਸੱਜਣ ਮਿੱਤਰਾਂ ਦੇ ਮਿੱਤਰ ਪਿਆਰੇ ਹੋ ਜਿਹੜੇ ਉਹਨਾਂ ਦੇ ਨਾਲ ਰਹੇ। ਦਾਸ ਤਕਰੀਬਨ ਅਸੀਂ 5 ਸਾਲ ਮਹਾਂਪੁਰਖ ਬਾਬਾ ਜੰਗ ਸਿੰਘ ਦੇ ਨਾਲ ਰਹੇ। ਉਹ ਕਿਹੋ ਜਿਹੇ ਸਨ ਭਾਵੇਂ ਕਿ ਹਰ ਪ੍ਰਚਾਰਕ ਨੇ ਵਡਿਆਈ ਕਰਨੀ ਹੈ ਪਰ ਰਹਿਣ ਵਾਲਿਆਂ ਨੂੰ ਪਤਾ ਹੈ ਕਿ ਮਹਾਂਪੁਰਖ ਜੰਗ ਸਿੰਘ ਬਾਬਾ ਜੀ ਕਿਹੋ ਜਿਹੇ ਸਨ। ਆਖੋ ਸਤਨਾਮ। ਜਾਣ ਦਾ ਸਮਾਂ ਇਹ ਗੱਲ ਸੱਚ ਹੈ ਕਿ ਸਭ ਨੇ ਚਲੇ ਜਾਣਾ। ਦਸ ਤੋਂ ਪਹਿਲਾਂ ਬਾਬਾ ਜੀ ਕਹਿ ਰਹੇ ਸਨ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀ ਪਰ ਬਾਰੀ ਹੈ ਨਾ ਇਹ ਆਪਣੇ ਦੁਨਿਆਵੀਆਂ ਦੀ ਹੈ। ਆਪਾਂ ਦੁਨਿਆਵੀ ਹਾਂ ਸਾਰੇ ਆਪਣੀ ਬਾਰੀ ਦੀ ਗੱਲ ਸਤਿਗੁਰਾਂ ਨੇ ਕਰੀ ਹੈ ਪਰ ਸਾਧੂਆਂ ਦੀ ਬਾਰੀ ਦੀ ਨਹੀਂ। ਆਖੋ ਸਤਨਾਮ। ਕਿਉਂਕਿ ਜਿਹੜੇ ਸਾਧੂ ਨੇ ਸੰਗਤ ਜੀ ਉਹ ਤੇ ਦੁਨੀਆਂ ਬਦਲੇ ਆਪ ਦਾ ਪੈਸਾ ਦੇ ਦਿਓ।
Oh,
ਕਰੀਏ ਨਾ ਤਾਂ ਕੋਈ ਜੀਵਨ ਦੀ ਗੱਲ ਕਰ ਰਿਹਾ ਸੀ ਤੁਹਾਡੀ ਵੱਲੋਂ ਸਟੇਜ ਵੱਲੋਂ ਜੋ ਹੁਕਮ ਹੈ ਇੱਥੇ ਫਤਿਹ ਬੁਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ
ਸਾਡੀ ਖੰਡ ਵੱਲ ਜਾਂਦੇ ਆ ਰਾਈਆ ਬਾਬਾ ਜੀ ਕਿਰਪਾ ਕਰੋ ਸਾਡੀ ਬੇਨਤੀ ਪ੍ਰਵਾਨ ਕਰਿਓ ਸਾਡੀ ਖੰਡ ਵੱਲ ਜਾਂਦੇ ਰਾਈਆ
Thank you.
ਜਦੋਂ ਵੀ ਆਉਣਾ ਅਸਥਾਨ
ਸਥਾਨਾਂ 'ਤੇ ਮਹਾਂਪੁਰਸ਼ਾਂ ਦੇ ਯਾਰਾਂ ਜਦੋਂ ਮਿਲਦੇ ਸੀ ਬਹੁਤ ਹੌਸਲਾ ਦਿੰਦੇ ਸੀ, ਜਿਵੇਂ ਬਾਬਾ ਜੀ ਗੁਰਦੀਆਂ ਵਾਲੇ ਹੋਰ ਬਿਆਂ ਵੀ ਜਿੰਨੇ ਵੀ ਮਹਾਂਪੁਰਖ ਆ ਰਹੇ ਹਨ। ਸਾਧ ਸੰਗਤ ਜਦੋਂ ਮਹਾਂਪੁਰਖਾਂ ਦਾ ਜਾਣਾ ਸੁਣਿਆ ਨਾ, ਬਸ ਇਉਂ ਲੱਗ ਗਿਆ ਵੀ ਸੰਸਾਰ ਦੇ ਉੱਤੇ ਸਾਡੀ ਤਾਂ ਮਾਂ ਮਰ ਗਈ। ਰੱਜ ਗਿਆ ਆਪਣੇ ਬੱਚਿਆਂ ਦੀ ਜਿੰਨਾ ਵੀ ਬੋਲਿਆ ਜਾਵੇ ਓਨਾ ਹੀ ਥੋੜ੍ਹਾ। ਇਸੇ ਮਹਾਂਪੁਰਖ ਰੱਬ ਦੇ ਪਿਆਰੇ ਜਨਮ ਮਰਨ ਤੋਂ ਰਹਿ ਚੁੰਦੇ ਆ, ਜੇ ਸਰੀਰ ਕਰਕੇ ਚੱਲੇ। ਹੁਣ ਮੈਂ ਬੇਨਤੀ ਕਰਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਮਾਠਾ ਵਾਲੇ ਮਹਾਂਪੁਰਖਾਂ ਨੂੰ, ਇਹਨਾਂ ਤੋਂ ਬਾਅਦ ਬਾਬਾ ਗੁਰਦੀਪ ਸਿੰਘ ਜੀ ਮੋਦੀ ਵਾਲ ਪਟਿਆਲਾ ਤੋਂ ਸਾਧ ਸੰਗਤ ਜੀ ਸਮੇਂ ਦੇ ਵਿੱਚ ਬੜਾ ਧਿਆਨ ਰਿਹਾ ਜੀ। ਬਾਬਾ ਜਗਰੂਪ ਸਿੰਘ ਵਾਲਾ ਨੇ ਬੜਾ ਸੱਚ ਕਿਹਾ ਕਿ ਅੱਜ ਬੈਗਵਾਨ ਦੀ ਅੱਜ ਮਹਾਂਪੁਰਸ਼ਾਂ ਦੀ ਮਾਂ ਦੀ ਡੈਥ ਹੋ ਰਹੀ ਹੈ। ਸੰਤ ਬਾਬਾ ਜਗਰੂਪ ਸਿੰਘ ਜੀ ਜਿਹੜੇ ਸਾਨੂੰ ਪਿਆਰ ਕਰਦੇ ਸੀ, ਆਪਣੀ ਮਾਂ ਦੀ ਤਰ੍ਹਾਂ ਗੋਦ ਵਿੱਚ ਕਰਦੇ ਸੀ, ਉਹਨਾਂ ਦੀ ਯਾਦ ਦੇ ਵਿੱਚ ਹੋਵੇਗੀ। ਔਰ 10 ਤਰੀਕ ਨੂੰ ਸਾਰਿਆਂ ਨੇ ਆਪਾਂ ਨੇ ਇਸੇ ਤਰ੍ਹਾਂ ਹੁਣ ਆ ਕੇ ਗੁਰਦੁਆਰਾ ਸਤਿਖੰਡ ਅਗੇਠਾ ਸਾਹਿਬ ਬਸਵਾਨ ਸਾਹਿਬ ਵਿਖੇ ਸਵਾਗਤ ਕਰਾਇਆ ਜਾਊਗਾ। ਸੋ ਉੱਥੇ ਪਹੁੰਚਣਾ ਅਤੇ 14 ਤਰੀਕ ਨੂੰ ਗੁਰਦੁਆਰਾ ਮਾਤਾ ਢੋਲੀ ਕੌਰ ਜੀ ਗੁਰਦੁਆਰਾ ਬਸਵਾਨ ਸਾਹਿਬ ਇਹਨਾਂ ਦੇ ਵਿੱਚ ਵੀ ਜੀਆਂ ਪਾਉਂਦੇ। ਮਹਾਂਪੁਰਖਾਂ ਦਾ ਉਹਨਾਂ ਨੂੰ ਬਹੁਤ ਪਿਆਰ ਹੋ
ਹੋਵੇ, ਮੇਰੇ ਪੁੱਤਰ ਹੁੰਦੇ ਆ, ਉਹ ਆਪਣੇ ਮਾਂ ਬਾਪ ਦਾ ਨਾਮ ਉਚਾਰਨਾ ਹੋਵੇ, ਆਪਣੇ ਜਾਂ ਕੁਝ ਨਾ ਕੁਝ ਲੈਣਾ ਚਾਹੀਦਾ। ਉਹ ਮਹਾਂਪੁਰਖਾਂ ਨੇ ਕਈ ਲੋਕਾਂ ਦਾ ਭਲਾ ਕੀਤਾ, ਜਿਹਨਾਂ ਨੂੰ ਪ੍ਰੇਮ ਸਾਖੀ ਹੋਣੀ ਲੋਕਾਂ ਨੇ ਅਖੰਡ ਜੋ ਮੈਂ ਦੇਖਿਆ ਬਰਾਤ ਦੇ ਹੰਝੂਨੇ ਨੂੰ ਪਿਆ ਗਿਆ। ਬਹੁਤ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਮੈਂ ਇੱਕ ਬੇਨਤੀ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਸੰਤ ਬਾਬਾ ਰਣ ਸਿੰਘ ਜੀ ਜੈਨ ਪੁਰਾਣੇ ਮਹਾਂਪੁਰਖ ਸੁਣ। ਮੈਂ ਸੰਤ ਬਾਬਾ ਨਰਮਨ ਸਿੰਘ ਜੀ ਜੀਵਨ ਸਰ ਬਾਲੇ, ਮੈਂ ਮਾਫੀ ਚਾਹਾਂਗਾ ਸੰਤ ਬਾਬਾ ਜਸਦੇਵ ਸਿੰਘ ਜੀ ਬੁੱਢਾ ਸਰ ਸਾਹਿਬ ਨੋਟਬੰਦੀ ਵੱਲੋਂ, ਗਿਆਨੀ ਦਰਬਾਰਾ ਸਿੰਘ ਜੀ ਭਤੀਜੇ ਸੰਤ ਬਾਬਾ ਸੁੱਚਾ ਸਿੰਘ ਜੀ, ਇਹਨਾਂ ਮਹਾਂਪੁਰਸ਼ਾਂ ਤੋਂ ਸਮੇਂ ਦੀ ਘੱਟ ਕਰਕੇ ਉਹ ਮਹਾਂਪੁਰਸ਼ਾਂ ਵੱਲੋਂ ਮੈਨੂੰ ਇਹ ਲੱਗਿਆ ਕਿ ਮਹਾਂਪੁਰਸ਼ ਪਹੁੰਚੇ ਨੇ। ਮੇਰਾ ਮਨ ਸੀ ਕਿ ਉਹਨਾਂ ਨੂੰ ਮੈਂ ਸਮਾਂ ਜ਼ਰੂਰ ਦੇਵਾਂ, ਪਰ ਬਾਬਾ ਜੀ ਯਾਨੀ ਦਰਬਾਰਾ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਘਰ ਮੈਂ ਹਾਜ਼ਰੀ ਲੈ ਕੇ ਪਗੜੀ ਲੈ ਕੇ ਆਇਆ। ਸੋ ਮੈਂ ਬਾਬਾ ਜੀ ਦੋ ਮਿੰਟ ਵਾਸਤੇ ਮੈਂ ਸਾਡੇ ਬੇਟੀ ਗੁਰਪ੍ਰੀਤ ਕੌਰ ਇੱਕ ਬਾਬਾ ਜੀ ਬਾਰੇ ਦੋ ਮਿੰਟ ਦੀ ਕੋਈ ਕਿਰਤਾ ਪੜ੍ਹਨੀ ਹੈ, ਸੋ ਉਹਨਾਂ ਨੂੰ ਪੜ੍ਹਨਾ ਦੋ ਬੇਟੀ ਗੁਰਪ੍ਰੀਤ ਕੌਰ। ਵਾਹ।
Oh.
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਰੱਬੀਆਂ ਜਿਨ੍ਹਾਂ ਨਾਮ ਜਪਿਆ ਬੰਦ ਛੱਡਿਆ ਦੇਖ ਲਾਈ ਦੇਖ ਵਾਰੀ ਦੇਖ ਕੀਤਾ ਇਹਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਇਹਨਾਂ ਸਿੰਘਾਂ ਸਿੰਘੜੀਆਂ ਨੇ ਧਰਮਾਂ ਹੇਤ ਈਸ ਦਿੱਤੇ ਪੰਥ ਬੰਧ ਕਟਾਏ ਟੋਪਰੀਆਂ ਨੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਮਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਜਿਹਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੰਧ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਕਾ ਖੜਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਮਾਤਾ ਪਕਾਇਆ ਕਾਲ ਕਾਲ ਨੂੰ ਹੁਕਮਾ
ਨਿਹਾਵਲ ਪ੍ਰਾਪਤ ਪਛਾ ਦੀ ਦੇਖ ਕਰਕੇ ਨਾਚਨ ਹੈ ਜੀ ਦਰ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਾਈ ਅਕਾਲ ਜੀ।